ਮਲੇਰਕੋਟਲਾ ਸ਼ਹਿਰ ਵਿੱਚ ਇਮੀਗ੍ਰੇਸ਼ਨ ਅਤੇ ਆਇਲਸ ਦੀ ਨਾਮੀ ਕੰਪਨੀ ਰੇਡੀਅੰਸ ਵੱਲੋਂ ਆਪਣੇ ਨਵੇਂ ਆਫਿਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੁਹੰਮਦ ਬਸ਼ੀਰ ਜੀ ਖਾਸ ਤੌਰ 'ਤੇ ਪਹੁੰਚੇ। ਦੱਸ ਦਈਏ ਕਿ ਬਸ਼ੀਰ ਸਾਹਿਬ ਸ਼ਾਹਿਦ ਸਾਹਿਬ ਦੇ ਪਿਤਾ ਜੀ ਨੇ। ਉਹਨਾਂ ਇਸ ਮੌਕੇ 'ਤੇ ਆਪਣੇ ਪੁੱਤਰ ਦੀ ਕਾਮਯਾਬੀ ਲਈ ਦੁਆ ਕੀਤੀ। ਇਸ ਤੋਂ ਇਲਾਵਾ ਇਸ ਮੌਕੇ ਰਿਬਨ ਕੱਟਣ ਦੀ ਰਸਮ ਮੁਹੰਮਦ ਸ਼ਬੀਰ ਅਬਦਾਲੀ ਜੀ ਨੇ ਅਦਾ ਕੀਤੀ। ਇਸ ਮੌਕੇ ਬੋਲਦਿਆਂ ਮੁਹੰਮਦ ਸ਼ਾਹਿਦ ਐਮਡੀ ਰੇਡੀਅੰਸ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਉਹਨਾਂ ਵੱਲੋਂ ਲਗਭਗ 17 ਸਾਲ ਦੀ ਮਿਹਨਤ ਸਦਕਾ ਅਤੇ ਮਾਤਾ ਪਿਤਾ ਦੀਆਂ ਦੁਆਵਾਂ ਅਤੇ ਦੋਸਤਾਂ ਦੇ ਸਹਿਯੋਗ ਨਾਲ ਲਿਆਂਦਾ ਗਿਆ। ਨਾਲ ਹੀ ਉਹਨਾਂ ਭਾਵੁਕ ਹੁੰਦਿਆਂ ਦੱਸਿਆ ਕਿ ਇਸ ਖੁਸ਼ੀ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ 'ਤੇ ਮੁਹੰਮਦ ਬਸ਼ੀਰ, ਮੁਹੰਮਦ ਸੁਲੇਮਾਨ, ਮੁਹੰਮਦ ਸ਼ਬੀਰ ਅਬਦਾਲੀ, ਮਰ ਆਰਿਫ ਸੇਫੀ, ਮੁਹੰਮਦ ਬਸ਼ੀਰ ਨੌਸ਼ਾਦ ਅਲੀ, ਮੁਹੰਮਦ ਆਸਿਫ ਅਤੇ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਵੀ ਹਾਜ਼ਰ ਸਨ। ਸਰ, ਅੱਜ ਰੇਡੀਅੰਸ ਇੰਸਟੀਟਿਊਟ ਦੀ ਮਲੇਰਕੋਟਲਾ ਦੇ ਵਿੱਚ ਓਪਨਿੰਗ ਹੋ ਰਹੀ ਹੈ। ਵੈਸੇ ਇਹ ਕੋਈ ਨਵੀਂ ਗੱਲ ਨਹੀਂ ਹੈ ਮਲੇਰਕੋਟਲਾ ਲਈ, ਇਹ ਆਲਰੇਡੀ ਚੱਲ ਰਿਹਾ ਇੰਸਟੀਟਿਊਟ। ਅੱਜ ਇੰਸਟੀਟਿਊਟ ਇੱਕ ਬਹੁਤ ਵੱਡਾ ਸਹਿਰਦਾਨ ਜਿਹੜਾ ਹੈਗਾ ਬਣ ਚੁੱਕਿਆ ਅਤੇ ਇਹਦੀ ਅੱਜ ਓਪਨਿੰਗ ਇੱਧਰ ਹੋ ਰਹੀ ਹੈ ਬੱਸ ਸਟੈਂਡ। ਇਸ ਖੁਸ਼ੀ ਦੇ ਮੌਕੇ 'ਤੇ ਬਹੁਤ ਵੱਡਾ ਦਿਨ ਹੈ ਰੇਡੀਅੰਸ ਪਰਿਵਾਰ ਲਈ, ਅਤੇ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਮੌਕੇ 'ਤੇ ਜੀ? ਸਭ ਤੋਂ ਪਹਿਲਾਂ ਅਸਲਾਮੁ ਅਲੈਕੁਮ ਜੀ। ਸਭ ਤੋਂ ਪਹਿਲਾਂ ਮੈਂ ਸ਼ੁਕਰ ਅਦਾ ਕਰਦਾ ਉਸ ਪਰਵਰਦਿਗਾਰ ਦਾ ਜਿਹਨੇ ਇੰਨੀਆਂ ਨੇਮਤਾਂ ਦੇ ਨਾਲ ਮੈਨੂੰ ਨਵਾਜ਼ਿਆ, ਔਰ ਉਸ ਤੋਂ ਬਾਅਦ ਮੈਂ ਸ਼ੁਕਰਗੁਜ਼ਾਰ ਹਾਂ ਮੀਡੀਆ ਵਾਲਿਆਂ ਦਾ ਜਿਹੜੇ ਸਾਨੂੰ ਮੌਕੇ ਮੌਕੇ 'ਤੇ ਕਵਰੇਜ ਵੀ ਦਿੰਦੇ ਰਹਿੰਦੇ ਨੇ। ਬਾਕੀ ਅੱਲਾਹ ਦਾ ਕਰਮ ਹੈ ਜੀ, ਜਿਹੜਾ ਸਫ਼ਰ ਹੈ ਆਸਾਨ ਨਹੀਂ ਸੀ, ਲੇਕਿਨ ਹੌਸਲੇ ਵੀ ਘੱਟ ਨਹੀਂ ਸੀਗੇ, ਦੋਨੋਂ ਚੀਜ਼ਾਂ ਮਿਲ ਕੇ ਚੱਲੀਆਂ, ਔਰ ਰੱਬ ਦਾ ਸ਼ੁਕਰ ਰੱਬ ਨੇ ਬਹੁਤ ਚੀਜ਼ਾਂ ਦੇ ਨਾਲ ਨਵਾਜ਼ਤਾ। ਸੋ ਅੱਜ ਸਾਨੇ ਆਪਣੀ ਨਵੀਂ ਬਿਲਡਿੰਗ ਦਾ ਇੱਧਰ ਉਦਘਾਟਨ ਕੀਤਾ ਹੈ। ਸੋ ਸਰ, ਇਹ ਕਿੰਨੇ ਸਾਲ ਲੱਗੇ ਤੁਹਾਨੂੰ ਇਹ ਸਫ਼ਰ ਲਈ ਜੀ? ਸਰ, ਮੈਨੇ ਆਪਣਾ ਸਫ਼ਰ 2003 ਤੋਂ ਸਟਾਰਟ ਕੀਤਾ ਸੀ ਸੀਗਾ ਐਜ਼ ਐਨ ਇੰਪਲੋਈ ਜੀ। ਸੋ ਮੈਂ 10 ਸਾਲ ਪਹਿਲਾਂ ਜੋਬ ਕੀਤੀ ਹੈ ਜੀ। 10 ਸਾਲ ਤੋਂ ਬਾਅਦ ਫਿਰ ਮੈਨੇ 6 ਮਈ 2013 ਤੋਂ ਸਕੂਲ ਵੀ ਅਲਫਲਾ ਜੁਆਇਨ ਕੀਤਾ ਸੀ ਅਤੇ ਆਪਣਾ ਇੰਸਟੀਚਿਊਟ ਵੀ ਖੁਦ ਹੀ ਸਟਾਰਟ ਕੀਤਾ ਸੀਗਾ, ਔਰ ਮੇਰੇ ਪਾਸ ਚੇਅਰ ਵੀ ਨਹੀਂ ਸੀਗੀਆਂ ਉਸ ਵਕਤ। ਲੇਕਿਨ ਅੱਲਾਹ ਦਾ ਕਰਮ ਹੈ, ਵਕਤ ਨਿਕਲਣ ਦੇ ਨਾਲ ਨਾਲ 2 ਕਮਰੇ ਮਿਲੇ, ਫਿਰ 4 ਹੋਏ, ਹੌਲੀ ਹੌਲੀ ਵੱਧਦਾ ਗਿਆ। ਮਾਂ ਬਾਪ ਦੀਆਂ ਦੁਆਇਆਂ, ਭਾਈਆਂ ਦੀਆਂ ਦੁਆਇਆਂ, ਤਾਂ ਮੇਰੀ ਟੀਮ ਦੀਆਂ ਦੁਆਇਆਂ, ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ। ਈਵਨ ਕਿ ਮੇਰੇ ਅਕੋਰਡਿੰਗ ਜੋ ਵੀ ਮੇਰੇ ਦੋਸਤ ਰਹੇ ਨੇ ਜਾਂ ਮੇਰੇ ਰਿਸ਼ਤੇਦਾਰ, ਮੇਰੇ ਮਾਂ ਬਾਪ ਰਹੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਦੁਆਇਆਂ ਬਹੁਤ ਨੇ, ਤੋ ਰੱਬ ਦਾ ਸ਼ੁਕਰ ਹੈ ਜੀ, ਉਹਨਾਂ ਦੀ ਵਜ੍ਹਾ ਕਰਕੇ ਅੱਜ ਸਭ ਕੁਛ ਇੱਥੇ। ਅਤੇ ਕੀ ਮਹਿਸੂਸ ਕਰ ਰਹੇ ਹੋ ਜੀ ਹੁਣ? ਸਰ, ਬਹੁਤ ਜ਼ਿਆਦਾ ਫਖਰ ਮਹਿਸੂਸ ਕਰ ਰਹੇ ਹਾਂ ਜੀ, ਖਾਸ ਕਰਕੇ ਇਸ ਵਜ੍ਹਾ ਦੇ ਨਾਲ ਕਿ ਅੱਲਾਹ ਨੇ ਇੰਨੀ ਇੱਜ਼ਤ ਦਿੱਤੀ ਆ, ਔਰ ਅੱਜ ਸਾਨੇ ਆਪਣੇ ਇੱਥੇ ਚੀਫ ਗੈਸਟ ਜਿਹੜੇ ਸੀਗੇ ਇੰਸਟੀਚਿਊਟ ਵਾਸਤੇ, ਉਹ ਮੈਨੇ ਆਪਣਾ ਜੋ ਇੰਸਟੀਚਿਊਟ ਹੈ ਉਹ ਡੈਡੀਕੇਟ ਕੀਤਾ ਆਪਣੇ ਫਾਦਰ ਸਾਹਿਬ ਨੂੰ। ਸੋ ਮੇਰੇ ਫਾਦਰ ਸਾਹਿਬ ਵੀ ਇੱਥੇ ਦੇ ਚੀਫ ਗੈਸਟ ਰਹੇ ਨੇ, ਤਾਂ ਉਹਨਾਂ ਦਾ ਵੀ ਸ਼ੁਰੂ ਤੋਂ ਹੀ ਮੈਨੂੰ ਲੈ ਕੇ ਬਹੁਤ ਕੁਛ ਉਹਨਾਂ ਦੇ ਮਨ 'ਚ ਅਰਮਾਨ ਸੀਗੇ, ਲੇਕਿਨ ਕੁਛ ਹਾਲਾਤ ਉਸ ਵਕਤ ਇਸ ਤਰ੍ਹਾਂ ਦੇ ਨਹੀਂ ਸੀਗੇ। ਸੋ ਅੱਜ ਇਹ ਇੰਸਟੀਚਿਊਟ ਦੀ ਨਵੀਂ ਬਿਲਡਿੰਗ ਬਣਾ ਕੇ ਐਜ਼ ਅ ਗਿਫਟ ਮੈਨੇ ਆਪਣੇ ਫਾਦਰ ਸਾਹਿਬ ਨੂੰ ਦਿੱਤਾ। ਜਿੱਦਾਂ ਸੁਣਨ ਦੇ ਵਿੱਚ ਆਇਆ ਤੁਸੀਂ ਇੱਥੇ ਦੀ ਆਈਲੈਟਸ ਯੂਨੀਅਨ ਦੇ ਪ੍ਰਧਾਨ ਵੀ ਹੋ ਜੀ, ਅਤੇ ਉਹਦੇ ਸਦਕਾ ਜਿਹੜਾ ਪੂਰਾ ਮਲੇਰਕੋਟਲੇ ਦੇ ਇੰਸਟੀਟਿਊਟਸ ਨੇ ਉਹ ਤੁਹਾਡੇ ਸਰਕਲ ਦੇ ਵਿੱਚ ਨੇ। ਅੱਜ ਦੇ ਇਸ ਦਿਨ ਦੇ ਉੱਪਰ ਤੁਸੀਂ ਆਪਣੇ ਸਾਥੀਆਂ ਲਈ ਜਿਹੜਾ ਕੋਈ ਖਾਸ ਗੱਲ ਸ਼ੇਅਰ ਕਰਨੀ ਚਾਹੋਗੇ? ਸਰ, ਦੇਖੋ, ਪ੍ਰਧਾਨ ਮੈਂ ਬੜਾ ਨਹੀਂ ਹਾਂ, ਉਹ ਜੋ ਮੇਰੀ ਟੀਮ ਨੇ ਜਿਨ੍ਹਾਂ ਨੇ ਮੈਨੂੰ ਨੋਮੀਨੇਟ ਕੀਤਾ, ਪਹਿਲਾਂ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰੇ ਉੱਪਰ ਭਰੋਸਾ ਜਤਾਇਆ। ਉਹਨਾਂ ਨੇ ਮੈਂ ਅੱਛਾ ਇਸ ਕਰਕੇ ਨਹੀਂ ਮੈਨੂੰ ਚੂਜ਼ ਕੀਤਾ ਹੈਗਾ, ਉਹ ਅੱਛੇ ਨੇ ਇਸ ਕਰਕੇ ਉਹਨਾਂ ਨੇ ਮੈਨੂੰ ਚੂਜ਼ ਕਰ ਲਿੱਤਾ ਹੈ। ਠੀਕ, ਜੋ ਅੱਛਾ ਬੰਦਾ ਹੁੰਦਾ ਤਾਂ ਸਾਰਿਆਂ ਦੇ ਵਿੱਚ ਓਬੀਅਸਲੀ ਕਿ ਅੱਛਾਈਆਂ ਹੀ ਦੇਖਦਾ ਹੈ। ਤਾਂ ਮੇਰਾ ਜੋ ਸਾਰੇ ਸ਼ਹਿਰ ਨਿਵਾਸੀਆਂ ਨੇ, ਦੂਸਰਿਆਂ ਨੂੰ ਜੋ ਵੀ ਹੈ, ਬਸ ਇਹੀ ਹੈ ਕਿ ਰੁਕਣਾ ਨਹੀਂ। ਅਗਰ ਜ਼ਿੰਦਗੀ ਦੇ ਵਿੱਚ ਕਦੇ ਕੋਈ ਕੰਮ ਐਸਾ ਲੱਗੇ ਕਿ ਯਾਰ ਮੇਰੇ ਤੋਂ ਇਹ ਕੰਮ ਹੋਣਾ ਨਹੀਂ ਹੈਗਾ, ਤਾਂ ਇਹਦਾ ਮੇਰੇ ਅਕੋਰਡਿੰਗ ਇੱਕੋ ਹੀ ਮਤਲਬ ਹੈ ਕਿ ਅੱਜ ਤੱਕ ਆਪਾਂ ਨੇ ਆਪਣੇ ਆਪ ਨੂੰ ਪਹਿਚਾਣਿਆ ਹੀ ਨਹੀਂ ਹੈਗਾ। ਬਸ ਆਪਣੇ ਆਪ ਨੂੰ ਪਹਿਚਾਣ ਜਾਓ, ਔਰ ਇਨਸ਼ਾਅੱਲਾ ਕੋਈ ਵੀ ਮੰਜ਼ਿਲ ਦੂਰ ਨਹੀਂ ਹੈਗੀ, ਸਭ ਕੁਛ ਇਨਸ਼ਾਅੱਲਾ ਤੁਹਾਡੇ ਹੱਥ ਦੇ ਵਿੱਚ ਹੋਊਗਾ। ਸ਼ਾਹੀ ਸਾਹਿਬ, ਜਿਹੜਾ ਤੁਸੀਂ ਉਰੇ ਟ੍ਰੇਨਿੰਗ ਦਿੰਦੇ ਹੋ, ਕਾਹਦੀ ਕਾਹਦੀ ਟ੍ਰੇਨਿੰਗ ਦਿੰਦੇ ਹੋ? ਸਰ, ਆਪਣੇ ਇੱਥੇ ਟ੍ਰੇਨਿੰਗ ਦੇ ਵਿੱਚ ਦੇਖੋ ਇੰਗਲਿਸ਼ ਸਪੀਕਿੰਗ ਹੋ ਜਾਂਦੀ, ਪੀ ਟੀ ਹੋ ਜਾਂਦਾ, ਆਇਲਸ ਹੋ ਜਾਂਦਾ, ਲਾਈਫ ਸਕਿੱਲ ਹੋ ਜਾਂਦਾ, ਆਇਲਸ ਯੂ ਕੇ ਵੀ ਆਈ ਹੁੰਦਾ ਹੈ। ਬਾਕੀ ਆਫਟਰਆਲ ਮਤਲਬ ਜੋ ਵੀ ਇਮੀਗ੍ਰੇਸ਼ਨ ਸਰਵਿਸਿਜ਼ ਨੇ, ਚਾਹੇ ਉਹ ਕਿਸੇ ਵੀ ਕੰਟਰੀ ਨੂੰ ਲੈ ਕੇ ਵੀਜ਼ੇ ਦੇ ਨਾਲ ਕੰਸਲਟੈਂਸੀ ਹੋਵੇ, ਉਹ ਸਾਰੀਆਂ ਦੀ ਸਾਰੀਆਂ ਇੱਥੇ ਚੱਲਦੀਆਂ ਨੇ। ਹੁਣ ਤੁਸੀਂ ਕਿੰਨੇ ਕੁ ਸਟੂਡੈਂਟ ਨਾਲ ਤੁਸੀਂ ਟ੍ਰੇਨਿੰਗ ਦੇ ਚੁੱਕੇ ਹੋ? ਸਰ, ਦੇਖੋ, ਮੈਂ ਇਸ ਦੇ ਵਿੱਚ ਕੁਛ ਨਹੀਂ ਕਹਿ ਸਕਦਾ, 2003 ਤੋਂ ਮੈਂ ਲੱਗਿਆ ਹੋਇਆ, ਤਾਂ ਆਈ ਹੋਪ ਮੈਨੂੰ ਇਹ ਲੱਗਦਾ ਕਿ ਮੈਂ ਅਗਰ ਕਾਊਂਟ ਕਰਨਾ ਚਾਹਾਂ ਤਾਂ ਹੋ ਸਕਦਾ ਕਿ ਮੈਂ ਇਸ ਚੀਜ਼ ਨੂੰ ਕਾਊਂਟ ਵੀ ਨਾ ਕਰ ਪਾਵਾਂ। ਬਟ ਰੱਬ ਦਾ ਸ਼ੁਕਰ ਹੈ ਕਿ ਬਹੁਤ ਬੱਚੇ ਨਿਕਲ ਚੁੱਕੇ ਨੇ, ਅੱਜ ਤੱਕ ਇਸ ਤਰ੍ਹਾਂ ਵੀ ਹੋ ਰਿਹਾ ਹੈ, ਅਤੇ ਕਈ ਪੇਰੈਂਟ ਪੜ੍ਹ ਗਏ, ਹੁਣ ਉਹਨਾਂ ਦੇ ਬੱਚੇ ਆ ਰਹੇ ਨੇ, ਤਾਂ ਮੈਨੂੰ ਉਹਨਾਂ ਨੂੰ ਦੇਖ ਕੇ ਕਈ ਵਾਰ ਐਂ ਵੀ ਲੱਗਦਾ ਹੁੰਦਾ ਕਿ ਬੁੜੇ ਹੋ ਗਏ ਸ਼ਾਇਦ, ਤਾਂ ਲੇਕਿਨ ਰੱਬ ਦਾ ਸ਼ੁਕਰ ਹੈ ਕਿ ਬਹੁਤ ਹੋ ਚੁੱਕਿਆ। ਠੀਕ ਹੈ ਜੀ, ਮੇਰਾ ਨਾਮ ਮੁਹੰਮਦ ਸ਼ਬੀਰ ਅਬਦਾਲੀ। ਅਬਦਾਲੀ ਸਾਹਿਬ, ਤੁਸੀਂ ਸ਼ਾਹੀ ਦੇ ਨਾਲ ਸੁਰਤੇ ਰਹੇ ਹੋ ਇਸ ਨੈੱਟਵਰਕ ਦੇ ਵਿੱਚ, ਮਤਲਬ ਇਹਨਾਂ ਦੀ ਵਧੀਆ ਉਪਲਬਧੀ ਹੋਈ ਹੈ, ਚੜ੍ਹਾਈ ਹੋਈ ਹੈ ਇਸ ਟਾਈਮ ਆ ਕੇ, ਅਤੇ ਇਹਦੇ 'ਚ ਕੀ ਕਾਰਨ ਨੇ? ਸਭ ਤੋਂ ਪਹਿਲਾਂ ਤਾਂ ਮੈਂ ਮੁਹੰਮਦ ਸ਼ਾਹੀ ਸਾਹਿਬ ਨੂੰ ਅੱਜ ਇਸ ਮੁਕਾਮ 'ਤੇ ਪਹੁੰਚ
जिथे तक इतने पहुँचने का इन्हों की कामयाबी का सवाल है, इन्हों की सख्त मेहनत ज इन्ह के माँ प्यो दुआव दोस्तों मित्रों का साथ जोड़ा इन्हों इतने तक लैके आए। सब तो बड़ी गल इंसान की कामयाबी के मेहनत होती है, स्ट्रोंग डिटरमीनेशन। साहिब साहब ने जब तो भी खैर मेरे नाल सिक्स्थ क्लास तो असं कट्ठे पढ़े हाँ तो बहुत मेहनत की जिंदगी दे विच कई बार बंदा लड़खड़ा भी है, पर इन्होंने जिहड़ा आपका गोल सीगा टारगेट सीगा उन्हों अचीव करन दे लई कदे भी हार नहीं मन्नी तो सख्त मेहनत की है, यही इन्हों की कामयाबी का राज। अज इन्होंने मतलब शुभ दिहाड़े के उपर तुम कि इन्होंने फेवर च गल कहना चाहोगे? मैं तो इन्हों इस अज अचीवमेंट के लिए मुबारकबाद दिना अपन दिल गहराइयों तो। पहला भी मैं एक दो बार इन्होंने जो मैं फंक्शन के बुलाया तो मैं इन्हों यही शुभकामनावान दतिया आपके वालों दुआव दतिया कि मैं एक बड़ा इंस्टीट्यूट देखना चाहना मलेरकोटले जो अज इन्होंने करके दिखाता मेहनत सदका, इसते इन्होंने मैं बहुत बहुत मुबारकबाद। मेरा नाम नौशाद है। अच्छा, तो मैं इन्हों अल्फा स्कूल के असी जॉब करते थे इकट्ठे जब मिले अराउंड 2013 के जब तो साड़ी जान पछाण हुई थोड़ी तो उस तो बाद साड़ी दोस्ती दे विच थोड़ा दोस्ती बन गई, उत्थे ही असी उठते बैठते रहे। तो 2015 अराउंड इन्होंने अल्फा स्कूल जिहड़ा है छड्ड दिता तो असी करीब उत्थे ही रहे, तो मैं पार्ट टाइम रेडियंस नूं ज्वाइन कर लिया नाल इन्हां दे। उस तो बाद असी आउंदे रहे मिलते रहे और मैं जो है उस जो पुराना इंस्टीट्यूट है उस तो उत्थों ही मैं इन्हां नूं देखदा रहा कि उत्थों तों असी माशाला उस टाइम भी रेडियंस ने काफ़ी नाम लै लिया सीगा, बट हुण असी बच्चों की स्ट्रेंथ नूं देखदे हुए इत्थे अपनी अपनी एक बिल्डिंग बनाउण दा जिहड़ा है वह टीचा मिथिया, तो अल्लाह की दुआवां दे अल्लाह लोगों दोस्तों दुआवां दे नाल अल्लाह की मेहर दे नाल की है जिहड़ा असीं इह बिल्डिंग नूं अज कंप्लीट कर लिया है। सानूं बहुत ज़्यादा खुशी महसूस हो रही है देख के, क्योंकि असीं इह चीज़ां नूं असीं इक पहली इट तों देखदे असीं अज आह चीज़ जो महसूस कर रहे हैं असीं जानदे हाँ और साडे दोस्त नूं दा चेहरा देख के सानूं बहुत खुशी फील होंदी। तुसीं बड़े नज़दीक तों जाणदे हो उहनां नूं शाही साहिब बारे, तुसीं की कहना चाहोगे किहो जिहे इंसान मौके ते मतलब? हाँ, साडे लई देखो इन्हां ने साडे लई इक बहुत बड़ी सपोर्ट है इन्हां दी, साडे शायद जिंदगी दे विच मैं कहूँगा कि फादर साहब तो बाद मैं इन्हों मनना कि सानू बहुत ज़्यादा सपोर्ट हर चीज़ के साडे कंधे ते कंधा हथ कंधे ते नाल मिला के खड़े ने और साडे कंधे ते हमेशा हथ इन्हां दा रहिंदा, जो भी लाइफ के साडी प्रॉब्लम होवे सानू डर नहीं हुंदा कि इह साडे नाल ने। ਮੈਂ ਅਤੇ ਮੈਂ ਸ਼ਾਹੀ ਸਾਹਿਬ ਨੂੰ 2011-12 ਤੋਂ ਜਾਣਦਾ ਜਦੋਂ ਤੋਂ ਮੈਂ ਅਲਫਲਾ ਜੁਆਇਨ ਕੀਤਾ ਸੀਗਾ, ਤਾਂ ਮੇਰੇ ਤੋਂ ਬਾਅਦ ਇਹਨਾਂ ਨੇ ਉੱਥੇ ਜੁਆਇਨਿੰਗ ਕੀਤੀ ਤਾਂ ਐਜ਼ ਏ ਆਈਲੈਟਸ ਟ੍ਰੇਨਰ ਇਹਨਾਂ ਨੇ ਉੱਥੇ ਜੁਆਇਨ ਕੀਤਾ, ਤਾਂ ਮੈਂ ਉੱਥੇ ਇਸ ਟਾਈਮ ਐਜ਼ ਏ ਆਈ ਟੀ ਇੰਸਟਰਕਟਰ ਮੈਂ ਉੱਥੇ ਵਰਕ ਕਰ ਰਿਹਾ, ਅਤੇ ਸ਼ਾਹੀ ਸਾਹਿਬ ਨੇ ਉੱਥੇ ਕਾਫੀ ਚੀਜ਼ਾਂ ਮਤਲਬ ਇਹਨਾਂ ਤੋਂ ਸਿੱਖਣ ਨੂੰ ਮਿਲੀਆਂ ਸਾਨੂੰ, ਤਾਂ ਉਸ ਮੋਟੀਵੇਸ਼ਨ ਦੇ ਬਿਹਾਫ ਦੇ ਉੱਪਰ ਅਸੀਂ ਇਹਨਾਂ ਨਾਲ ਲਿੰਕ ਦੇ ਵਿੱਚ ਮਤਲਬ ਕੰਟੀਨਿਊ ਕਰਦੇ ਰਹੇ ਉਹ ਚੀਜ਼ ਨੂੰ, ਅਤੇ ਉਸੇ ਚੀਜ਼ ਨੂੰ ਕੰਟੀਨਿਊ ਕਰਦੇ ਹੋਏ ਕਾਫੀ ਦਿਨਾਂ ਤੋਂ ਮਤਲਬ ਇਹਨਾਂ ਦੇ ਜੋ ਇਹ ਮਿਹਨਤਾਂ ਚੱਲ ਰਹੀਆਂ ਨੇ, ਰੱਬ ਦਾ ਸ਼ੁਕਰ ਹੈ ਕਿ ਇੱਕ ਬਹੁਤ ਵੱਡਾ ਪਲੇਟਫਾਰਮ ਆਲਰੇਡੀ ਪ੍ਰਪੇਅਰ ਹੋ ਚੁੱਕਿਆ, ਤਾਂ ਇਹਨਾਂ ਨੇ ਆਪਣੀਆਂ ਬ੍ਰਾਂਚਾਂ ਪਲਾਨ ਕੀਤੀਆਂ, ਤਾਂ ਇਨਸ਼ਾਅੱਲਾ ਉਮੀਦ ਹੈ ਕਿ ਅੱਲਾਹ ਪਾਕ ਇਹਨਾਂ ਨੂੰ ਅੱਗੇ ਹੋਰ ਬਹੁਤ ਜ਼ਿਆਦਾ ਮੌਕੇ ਦੇ ਉੱਪਰ ਕੀ ਕਹਿਣਾ ਚਾਹਾਂਗੇ? ਅੱਜ ਇੱਕ ਐਸਾ ਦਿਨ ਹੈ ਜੋ ਅੱਲਾਹ ਪਾਕ ਨੇ ਇਹਨਾਂ ਨੂੰ ਇੱਕ ਬਹੁਤ ਵੱਡਾ ਪਲੇਟਫਾਰਮ ਨਵਾਜ਼ਿਆ ਹੈ, ਠੀਕ ਹੈ, ਔਰ ਅਸੀਂ ਇਹੀ ਦੁਆ ਕਰਾਂਗੇ ਕਿ ਅੱਲਾਹ ਪਾਕ ਇਹਨਾਂ ਨੂੰ ਹੋਰ ਅੱਗੇ ਵਧਾਉਣ ਅਤੇ ਇਹਨਾਂ ਨੂੰ ਇਸ ਦੇ ਵਿੱਚ ਵਾਰ ਵਾਰ ਅੱਗੇ ਵਧਣ ਦਾ ਮੌਕਾ ਮਿਲੇ। ਅੱਛਾ, ਕੀ ਇੰਸਟੀਚਿਊਟ ਬਾਰੇ ਅੱਜ ਕੀ ਕਹੋਗੇ ਤੁਸੀਂ? ਇਹਨਾਂ ਨੇ ਓਪਨਿੰਗ ਕੀਤੀ ਹੈ ਸ਼ਾਹੀ ਸਾਹਿਬ ਨੇ। ਹਾਂ, ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਦੋਸਤ ਜੋ ਕਿ ਅਸੀਂ ਕਾਲਜ ਟਾਈਮ ਤੋਂ ਇਕੱਠੇ ਸੀਗੇ ਅਤੇ ਅੱਜ ਇੰਨੇ ਵੱਡੇ ਇੰਸਟੀਚਿਊਟ ਦੀ ਓਪਨਿੰਗ ਕਰ ਰਹੇ ਨੇ, ਮੈਂ ਇਹਨਾਂ ਨੂੰ ਵਧਾਈ ਦਿੰਦਾ। ਜੇ ਤੁਹਾਨੂੰ ਮੈਂ ਪਹਿਲਾਂ ਦੀ ਗੱਲ ਕਰਾਂ, ਜਦੋਂ ਇਹ ਇੰਸਟੀਚਿਊਟ ਸ਼ੁਰੂ ਕੀਤਾ ਹੈ ਤਾਂ ਇਹ ਇੰਸਟੀਚਿਊਟ ਸ਼ੁਰੂ ਕਰਵਾਉਣ ਵਾਲਾ ਮੈਂ ਅਤੇ ਇੱਕ ਸਾਡਾ ਦੋਸਤ ਸ਼ਬੀਰ ਅਬਦਾਲੀ, ਅਸੀਂ ਇਕੱਠਿਆਂ ਨੇ ਜਿਹੜਾ ਹੈਗਾ ਇਹਨੂੰ ਮੋਟੀਵੇਟ ਕੀਤਾ ਸੀਗਾ ਕਿ ਆਪਣਾ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ ਜਾਵੇ, ਅਤੇ ਇਸ ਉਸ ਮੋਟੀਵੇਸ਼ਨ ਦੇ ਸਦਕਾ ਜਿਹੜਾ ਹੈਗਾ ਹੈ ਔਰ ਇਹਦੀ ਮਿਹਨਤ ਲਗਨ ਅਤੇ ਇਹਦੇ ਸਟਾਫ ਮੈਂਬਰ ਨੇ ਜਿਹੜੇ ਉਹਨਾਂ ਦੀ ਸਪੋਰਟ ਸਦਕਾ ਅੱਜ ਇਹ ਜਿਹੜਾ ਹੈਗਾ ਹੈ ਡਿਸਟ੍ਰਿਕਟ ਦਾ ਇੱਕ ਨਾਮੀ ਇੰਸਟੀਚਿਊਟ ਬਣ ਚੁੱਕਿਆ ਹੈ, ਅਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇੱਕ ਛੋਟੇ ਜਿਹੇ ਪਲੇਟਫਾਰਮ ਤੋਂ ਉੱਠ ਕੇ ਜਿਹੜਾ ਹੈਗਾ ਹੈ ਅੱਜ ਇੱਕ ਇਹਨੇ ਆਪਣਾ ਨਾਮ ਆਪਣਾ ਮੁਕਾਮ ਬਣਾ ਲਿਆ ਹੈ, ਅਤੇ ਇੱਕ ਮੈਂ ਖੁਦਾ ਅੱਗੇ ਰੱਬ ਅੱਗੇ ਦੁਆ ਕਰਦਾ ਹਾਂ
कि इस तो ज़्यादा जिहड़ा हैगा ये तरक्की करे ते डिस्ट्रिक्ट दे नाल नाल इहदा स्टेट लैवल ते भी जिहड़ा हैगा नाम होवे। थैंक यू। आवाज़ कॉम टीवी लई मलेरकोटला तो शाहिद जबैरी दी रिपोर्ट।